ਪੰਜਾਬ ਸਰਕਾਰ ਵੱਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ 12,000 ਕਰੋੜ ਰੁਪਏ ਖਰਚ ਕਰਕੇ ਰਾਜ ਵਿੱਚ ਸੈਰ ਸਪਾਟੇ ਨੂੰ ਵਿਕਸਿਤ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਵਿੱਚੋਂ 150 ਕਰੋੜ ਰੁਪਏ ਖਰਚ ਕਰਕੇ ਹਰੀਕੇ ਵੈਟਲੈਂਡ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੈਰ ਸਪਾਟੇ ਦੇ ਸਥਾਨ ਵਜੋਂ ਉਭਾਰਿਆ ਜਾਵੇਗਾ। ਇਹ ਐਲਾਨ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਰਲਡ ਵੈਟਲੈਂਡ ਦਿਵਸ ਦੇ ਮੌਕੇ 'ਤੇ ਹਰੀਕੇ ਹੈੱਡਵਰਕਸ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ਹੈ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਕਈ ਕਾਂਗਰਸੀ ਆਗੂ ਵੀ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਸੈਰ ਸਪਾਟਾ ਵਿਭਾਗ ਵੱਲੋਂ ਜਲਗਾਹਾਂ ਦੇ ਪੰਛੀ ਅਤੇ ਲੈਂਡਸਕੇਪ ਸੰਬੰਧੀ ਲਗਾਈ ਗਈ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਗਿਆ। ਸਿੱਧੂ ਨੇ ਕਿਹਾ ਕਿ ਹਰੀਕੇ ਵੈਟਲੈਂਡ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਲਈ ਮਾਹਰਾਂ ਵੱਲੋਂ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜੋ ਕਿ ਵਾਤਾਵਰਣ ਅਤੇ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇਗੀ। ਸਭ ਤੋਂ ਵੱਡਾ ਵੈਟਲੈਂਡ 4100 ਹੈਕਟੇਅਰ ਏਸ਼ੀਆ ਦਾ ਇਸ ਨੰਬਰ 2 ਔਰ ਨੰਬਰ 1, ਕੋਈ ਕਹਿੰਦੇ 2 ਕੋਈ ਕਹਿੰਦੇ ਨੰਬਰ 1। 146,000 ਮਤਲਬ ਐਤਕੀ ਹਾਈਐਸਟ ਹੈ, 1,46,000 ਬਰਡ ਆਇਆ ਐਤਕੀ, ਅਤੇ 16,000 ਬਰਡ ਜਿੱਥੇ ਆਉਂਦਾ ਹੈ ਭਰਤਪੁਰ ਸੈਂਚੁਰੀ, ਉਹਨੂੰ ਇੰਡੀਆ ਦੀ ਬੈਸਟ ਕਹਿੰਦੇ ਆ। ਕਿਉਂ? ਕਿਉਂਕਿ ਅਸੀਂ ਮਣੀ ਮਿੱਟੀ 'ਚ ਰੋੜ ਰੱਖੀ ਹੈ ਔਰ ਮਣੀ ਨੂੰ ਅਸੀਂ ਸੋਨੇ 'ਚ ਸਜਾ ਨਹੀਂ ਸਕੇ ਤਾਂ ਕਿ ਮਣੀ ਦੀ ਚਮਕ 100 ਗੁਣਾ ਵਧੇ। ਇਹ ਡਿਸਾਈਡ ਹੋਇਆ, ਚੀਫ ਮਿਨਿਸਟਰ ਸਾਹਿਬ ਨਾਲ ਮੀਟਿੰਗ ਹੋਈ ਹੈ। ਅਸੀਂ ਜਿਹੜਾ ADB ਤੋਂ ਅਗਲਾ ਫੰਡ ਲੈ ਰਹੇ ਹਾਂ, 1200 ਕਰੋੜ ਦਾ ਪ੍ਰੋਜੈਕਟ ਹੈ, ਉਹਦੇ 'ਚੋਂ 150 ਕਰੋੜ ਰੁਪਇਆ ਇਕੱਲਾ ਹਰੀਕੇ ਪੱਤਣ ਲਈ ਲੈ ਰਹੇ, ਜਸਟ ਫੋਰ ਦਾ ਡਿਵੈਲਪਮੈਂਟ ਆਫ ਦਿਸ ਗ੍ਰੇਟ ਵੈਟਲੈਂਡ, ਜਿੱਥੇ 1.25 ਲੱਖ ਤੋਂ ਉੱਤੇ ਬਰਡ ਆਉਂਦਾ। ਇਹ ਜਿੰਨੀ ਹਾਈਸੈਂਥ ਹੈ ਇਹਨੂੰ ਪੂਰੀ ਤਰ੍ਹਾਂ ਰਿਮੂਵ ਕਰਾਂਗੇ। ਇਹ ਤੁਸੀਂ 16 ਪੁਆਇੰਟ ਹੈਗੇ ਨੇ, ਇਹਨੂੰ ਡਰੋਨਸ ਤੋਂ ਪ੍ਰੋਪਰ ਤਰੀਕੇ ਦੇ ਨਾਲ ਸਰਵੇ ਕੀਤਾ ਜਾਊਗਾ, ਰਾਈਟ। STP ਪਲਾਂਟਸ ਲੱਗਣਗੇ ਇੱਥੇ, ਜਿਹੜਾ ਫੋਰਨ ਕਿੱਕਰ ਲੱਗਿਆ ਉਹਨੂੰ ਅਪਰੂਟ ਕੀਤਾ ਜਾਊਗਾ, ਅਤੇ ਜਿਹੜਾ ਪੁਰਾਣਾ ਸਾਡਾ ਟ੍ਰੈਡੀਸ਼ਨਲ ਕਿੱਕਰ ਹੈ ਅਤੇ ਹੋਰ ਜਿਹੜੇ ਪਲਾਂਟਸ ਨੇ ਉਹ ਹਾਈਸੈਂਥ ਨੂੰ ਰਿਮੂਵ ਕਰਕੇ ਇੱਥੇ ਕਮਲ ਅਤੇ ਵਾਟਰ ਲੇਲੀ ਲਾਇਆ ਜਾਊਗਾ। ਜਿਹੜੀ ਇੱਥੇ ਕੈਟਫਿਸ਼ ਹੈ, ਕੈਟਫਿਸ਼ ਇਜ਼ ਦੀ ਮੋਸਟ ਡੇਂਜਰਸ ਥਿੰਗ ਫੋਰ ਵਰਡਸ ਬਰਡਸ। ਐਡੀ ਐਡੀ ਮੱਛੀ ਹੁੰਦੀ ਹੈ, ਕਈ ਵਾਰ ਜ਼ਿਆਦਾ ਵੀ ਵੱਡੀ ਹੋ ਜਾਂਦੀ ਹੈ, ਬੰਦਾ ਵੀ ਸੁੱਟ ਲੈਂਦੀ ਹੈ, ਅਤੇ ਉਹ ਪੱਬ ਫੜ ਕੇ ਬਰਡ ਨੂੰ ਥੱਲੇ ਡਰੈਪ ਕਰਦੀ ਹੈ, ਡਰਾਊਨ ਕਰਕੇ ਮਾਰਦੀ ਹੈ, ਲੰਘਾ ਜਾਂਦੀ ਹੈ। ਉਹਨਾਂ ਜਿਹੜੇ ਸਪੀਸੀਜ਼ ਨੇ ਉਹਨਾਂ ਨੂੰ ਪਾਸੇ ਕੱਢ ਕੇ ਇੰਡਸ ਡੋਲਫਿਨਸ ਦੀ ਜਿਹੜੀ ਪ੍ਰੇ ਹੈ ਉਹਨੂੰ ਇੱਥੇ ਪ੍ਰੋਪਰ ਤਰੀਕੇ ਨਾਲ ਬਰੀਡ ਕੀਤਾ ਜਾਊਗਾ। ਕਬਜ਼ੇ ਦੀ ਗੱਲ ਸੁਣ ਕੇ ਹਟਿਆ MLA ਸਾਹਿਬ 2 ਲੱਖ ਬੰਦਿਆਂ ਦੇ ਨੁਮਾਇੰਦੇ ਅਤੇ 4 ਲੱਖ ਬੰਦਿਆਂ ਦੀ ਆਵਾਜ਼ ਆਈ ਹੈ, ਹੈ ਕਿ ਕੋਈ ਪਿਓ ਦੀ ਜਗੀਰ ਹੀ ਸਮਝੀ ਬੈਠਾ। ਦਿਸ ਇਜ਼ ਰੋਂਗ, ਇਹ ਅਸੀਂ ਛੁਡਾਵਾਂਗੇ। ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।